मोगा तो खबर आ रही है कि खालिस्तानी पक्षी नारे लिखे गए हैं। एसडीएम दफ्तर दियां कंधां ते खालिस्तान संबंधी नारे लिख दिते गए। मोगा दी पुलिस वालों मामले की जांच की जा रही है। इस तो पहला भी सरकारी बिल्डिंग से जिहड़े नारे लिखण दा काम पिछले कई महीनों तो किया जा रहा है। पाबंदीशुदा जथेबंदी SFJ अक्सर इन्हां नारियां की जिम्मेवारी लैंदी है। मोगा के बाघा पुराणा दे विच खालिस्तानी पक्षी नारे लिखे गए है। SDM दफ्तर दियां कंधां ते खालिस्तानी नारियां नूं लिखण तों बाद SDM दफ्तर ते पंजाब दी मोगा पुलिस जांच कर रही है। SDM दफ्तर दियां कंधां दे बाहर नारे लिखे गए है। नवदीप इसे ते जानकारी दी सांझ पर नवदीप की कुछ जानकारी की कुछ जांच बयान कर रही है। तड़कसार जिहड़े है SDM दफ्तर बाघा पुराणा दे नाल दी नाल GTPGarh जिहड़ा पॉलिटेक्निक कॉलेज है ऑन रोड GT रोड ते कोटपुरा रोड ते मोगा विखे ਉੱਥੇ ਜਿਹੜੇ ਆ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਲਾਏ ਗਏ ਨਾਲ ਦੇ ਨਾਲ ਹੋਰ ਵੀ ਅਪਰਤੀ ਜਨਕ ਸ਼ਬਦ ਜਿਹੜੇ ਆ ਉਹ ਲਿਖੇ ਗਏ ਆ ਜਿਸ ਤੋਂ ਬਾਅਦ ਪੁਲਿਸ ਵੱਲੋਂ ਜਿਹੜੇ ਆ ਮੌਕੇ ਤੇ ਪਹੁੰਚ ਕੇ ਇਸ ਨੂੰ ਜਿਹੜਾ ਹੈ ਕਲਰ ਕਰ ਦਿੱਤਾ ਪੇਂਟ ਕਰ ਦਿੱਤਾ ਗਿਆ ਤੇ ਨਾਲ ਦੇ ਨਾਲ ਪੁਲਿਸ ਹੁਣ ਵੱਖ ਵੱਖ ਟੀਮਾਂ ਗਠਿਤ ਕਰਕੇ ਜਾਂਚ ਕਰ ਰਹੀ ਹੈ ਕਿ ਕੌਣ ਇਹ ਅਨਸਰ ਸੀਗੇ ਜਿਨ੍ਹਾਂ ਵੱਲੋਂ ਇਹ SDM ਦਫ਼ਤਰ ਦੇ ਬਾਹਰ ਤੇ ਨਾਲ ਦੇ ਨਾਲ ਪੋਲੀਟੈਕਨਿਕ ਕਾਲਜ ਦੇ ਬਾਹਰ ਇਹ ਚੀਜ਼ਾਂ ਲਿਖੀਆਂ ਗਈਆਂ ਨੇ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਬਾਅਦ SFJ ਦੇ ਜਿਹੜੇ ਗੁਰਪੰਥਨ ਪੰਨੂ ਨੇ ਉਹਨਾਂ ਵੱਲੋਂ ਇੱਕ ਵੀਡੀਓ ਵੀ ਜਾਰੀ ਕੀਤੀ ਗਈ ਹੈ ਜਿਸ ਦੇ ਵਿੱਚ G20 ਜਿਹੜਾ ਸੰਮੇਲਨ ਹੋਣ ਜਾ ਰਿਹਾ ਹੈ ਦਿੱਲੀ ਦੇ ਵਿੱਚ ਉਸ ਦਾ ਵਿਰੋਧ ਕੀਤਾ ਗਿਆ ਤੇ ਨਾਲ ਦੇ ਨਾਲ ਉਸ ਵਿੱਚ ਖਾਲਿਸਤਾਨ ਬਣਾਉਣ ਦੀ ਮੰਗ ਜਿਹੜੀ ਹੈ ਉਹ ਉਠਾਉਣ ਦੀ ਗੱਲ ਕਹੀ ਗਈ ਹੈ ਜੀ। ਨਵਦੀਪ ਕੁਝ ਪਤਾ ਲੱਗ ਸਕਿਆ CCTV ਸਰਵੇਲੈਂਸ ਨੂੰ ਖੰਗਾਲਣ ਦੀ ਕੋਸ਼ਿਸ਼ ਮੋਗਾ ਪੁਲਿਸ ਕਰ ਰਹੀ ਹੈ? ਬਿਲਕੁਲ ਬਿਲਕੁਲ ਕ੍ਰਿਸ਼ਨ, CCTV ਜਿਹੜੀ ਹੈ ਪੁਲਿਸ ਖੰਗਾਲ ਰਹੀ ਹੈ। ਵੱਖ-ਵੱਖ ਐਂਗਲਸ, ਵੱਖ-ਵੱਖ ਟੀਮਾਂ ਜਿਹੜੀਆਂ ਨੇ ਉਹ ਗਠਿਤ ਕਰ ਦਿੱਤੇ ਗਏ ਨੇ। ਥੋੜੀ ਦੇਰ ਪਹਿਲਾਂ SSP JLN ਚੇਲੀਆਂ ਨਾਲ ਗੱਲਬਾਤ ਹੋਈ ਹੈ। ਉਹਨਾਂ ਨੇ ਫੋਨ ਤੇ ਦੱਸਿਆ ਕਿ ਪੁਲਿਸ ਵੱਲੋਂ ਜਿਹੜੀ ਹੈ ਜਿਹੜੀ ਨੇੜਲੇ ਜਿਹੜੇ CCTV ਹੈ ਉਹ ਖੰਗਾਲੇ ਜਾ ਰਹੇ ਨੇ। ਨਾਲ ਦੀ ਨਾਲ CIA ਦੀਆਂ ਟੀਮਾਂ ਜਿਹੜੀਆਂ ਨੇ ਉਹ ਵੱਖ-ਵੱਖ CIA ਦੀ ਟੀਮਾਂ ਜਿਹੜੀਆਂ ਗਠਿਤ ਕਰਦੇ, ਟੈਕਨੀਕਲ ਟੀਮ ਜਿਹੜੀਆਂ ਨੇ ਉਹ ਗਠਿਤ ਕਰ ਦਿੱਤੀਆਂ ਗਈਆਂ ਨੇ। ਕੌਣ ਇਹ ਲੋਕ ਸੀਗੇ, ਕਿੰਨੇ ਲੋਕ ਸੀਗੇ, ਫਿਲਹਾਲ ਇਸ ਦੀ ਪੁਲਿਸ ਜਾਂਚ ਕਰ ਰਹੀ ਹੈ। ਪ੍ਰੋਪਰ ਲਿਖਿਆ ਕੀ ਹੋਇਆ ਜਿਸ ਤਰੀਕੇ ਨਾਲ ਤੁਸੀਂ ਤਸਵੀਰਾਂ ਭੇਜਣ ਦਾ ਨਵਦੀਪ ਕੰਮ ਕੀਤਾ ਹੈ? ਬਿਲਕੁਲ, ਇਸ ਵਿੱਚ ਜੇ ਗੱਲ ਕਰ ਲਈਏ ਤਾਂ ਖਾਲਿਸਤਾਨ ਜ਼ਿੰਦਾਬਾਦ, ਹਿੰਦੁਸਤਾਨ ਮੁਰਦਾਬਾਦ, ਪੰਜਾਬ ਇਜ਼ ਨਾਟ ਇੰਡੀਆ, G20 ਮਿਨਿਸਟਰ, ਇਸ ਤਰ੍ਹਾਂ ਦੇ ਨਾਰੇ ਜਿਹੜੇ ਆ ਉਹ ਲਾਏ ਗਏ ਆ। ਪੰਜਾਬ ਇਜ਼ ਨਾਟ ਇੰਡੀਆ SFJ ਇਸ ਤਰ੍ਹਾਂ ਦਾ ਇੰਗਲਿਸ਼ ਵਿੱਚ ਲਿਖਿਆ ਗਿਆ ਤੇ ਬਾਕੀ ਜਿਹੜੇ ਜ਼ਿੰਦਾਬਾਦ ਦੇ ਨਾਰੇ ਲੱਗੇ ਨੇ ਉਹ ਪੰਜਾਬੀ ਵਿੱਚ ਲਿਖੇ ਗਏ ਨੇ। ਨਾਲ ਦੀ ਨਾਲ G20 ਮਿਨਿਸਟਰ ਇਸ ਤਰ੍ਹਾਂ ਦਾ ਵੀ ਇੰਗਲਿਸ਼ 'ਚ ਜਿਹੜਾ ਉਹ ਲਿਖਿਆ ਗਿਆ ਜੀ। ਨਵਦੀਪ, ਕੋਈ FIR ਦਰਜ ਕਰਨ ਦੀ ਤਿਆਰੀ ਪੁਲਿਸ ਕਰ ਰਹੀ ਹੋਵੇ? ਬਿਲਕੁਲ, ਫਿਲਹਾਲ ਇਸ ਸੰਬੰਧ ਵਿੱਚ SSP ਸਾਹਿਬ ਵੱਲੋਂ ਇਹੀ ਕਿਹਾ ਗਿਆ ਕਿ ਪੁਲਿਸ ਜਾਂਚ ਤੋਂ ਬਾਅਦ ਜਿਹੜਾ ਉਹ FIR ਰਜਿਸਟਰ ਕਰੇਗੀ। ਹਜੇ ਫਿਲਹਾਲ ਇਸ ਬਾਰੇ ਕਹਿਣਾ ਮੁਨਾਸਿਬ ਨਹੀਂ ਹੋਗਾ ਕਿ FIR ਪੁਲਿਸ ਦਰਜ ਕਰਦੀ ਹੈ ਕਿ ਨਹੀਂ ਕਰਦੀ। ਫਿਲਹਾਲ ਇਹ ਥੋੜੀ ਦੇਰ ਤੱਕ SSP ਤੋਂ ਇਸ ਬਾਰੇ ਜਾਣਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ। ਠੀਕ ਹੈ, ਬਹੁਤ ਸ਼ੁਕਰੀਆ ਨਵਦੀਪ ਸਾਡੇ ਨਾਲ ਜੁੜਨ ਵਾਸਤੇ। ਸੋ ਮੋਗਾ ਦੇ ਬਾਘਾ ਪੁਰਾਣਾ ਦੇ ਵਿੱਚ ਖਾਲਿਸਤਾਨੀ ਪੱਖੀ ਨਾਰੇ ਲਿਖੇ ਗਏ ਹੈ। ਤਸਵੀਰਾਂ ਦੇਖ ਸਕਦੇ ਹੋ ਕਿ SFJ 2007 ਦੇ ਲੰਡਨ ਐਲਾਨ ਨਾਮ ਦਾ ਜ਼ਿਕਰ ਕਰਦੀ ਹੈ। SFJ ਕਿਹੜੀ ਜਥੇਬੰਦੀ ਹੈ? ਭਾਰਤ ਦੇ MHA ਦੇ ਵੱਲੋਂ ਸੈਕਸ ਫੋਰ ਜਸਟਿਸ 'ਤੇ ਬੈਨ ਲਗਾਇਆ ਹੋਇਆ ਹੈ। 2007 ਦੇ ਵਿੱਚ ਇੱਕ ਲੰਡਨ ਐਲਾਨਨਾਮਾ ਕੀਤਾ ਗਿਆ। ਲੰਡਨ ਦੇ ਵਿੱਚ ਐਲਾਨਨਾਮੇ ਦੇ ਵਿੱਚ ਪੰਜਾਬ ਨੂੰ ਮੁਲਕ ਤੋਂ ਵੱਖ ਕਰਨ ਦੇ ਲਈ ਇੱਕ ਪਲਾਨ ਦਾ ਜ਼ਿਕਰ ਹੋਇਆ ਕਿ ਕਿਵੇਂ ਖਾਲਿਸਤਾਨ ਨੂੰ ਬਣਾਉਣ ਦੇ ਲਈ ਇਹ ਪਲਾਨ ਘੜਿਆ ਜਾਣਾ। ਪੰਜਾਬ ਦੇ ਵਿੱਚ ਕਈ ਗਤੀਵਿਧੀਆਂ ਹੋਈਆਂ, SFJ ਦੇ ਨਾਮ ਲੱਗੀਆਂ, SFJ ਉਸ ਇਨਵੋਲਵ ਹੋਈ ਹੈ। ਪਰ ਰੈੱਡ ਕਾਰਨਰ ਨੋਟਿਸ ਗੁਰਪਤਵੰਤ ਸਿੰਘ ਪੰਨੂ ਜਨਰਲ ਕੌਂਸਲ ਦੇ ਖਿਲਾਫ ਵੀ ਕਈ ਵਾਰ ਹੋਇਆ, ਪਰ ਪੰਜਾਬ ਦੀ ਪੁਲਿਸ, ਭਾਰਤ ਦੀ ਸਰਕਾਰ ਗੁਰਪਤਵੰਤ ਪੰਨੂ ਨੂੰ ਪੰਜਾਬ ਨਹੀਂ ਲਿਆ ਸਕੀ। ਉਸ ਦੇ ਕਈ ਕਾਰਨ ਸੀ। ਕੀ ਐਵੀਡੈਂਸਿਸ ਉੱਥੇ ਬਾਹਰਲੀ ਅਦਾਲਤ 'ਚ ਪੇਸ਼ ਕੀਤੇ ਗਏ ਜਾਂ ਨਹੀਂ ਪੇਸ਼ ਕੀਤੇ ਗਏ, ਉਸ 'ਤੇ ਇੱਕ ਵੱਖਰੀ ਤਫਤੀਸ਼ ਹੈ। ਪਰ ਬਾਘਾ ਪੁਰਾਣਾ SDM ਦਫ਼ਤਰ ਦੇ ਦਫ਼ਤਰ ਬਾਹਰ ਜਿਸ ਤਰੀਕੇ ਨਾਲ ਇਹ ਨਾਰੇ ਲਿਖੇ ਗਏ ਉਸ ਤਰੀਕੇ ਤੋਂ ਬਾਅਦ FIR ਦਰਜ ਕਰਨ ਦੀ ਤਿਆਰੀ ਹੋ ਰਹੀ ਹੈ।